ਤੁਲਨਾ ਕਰਨੀ ਬਹੁਤ ਔਖੀ ਹੈ। 10-20 ਟੀਨ ਘਿਓ ਦੇ ਲਾ ਕੇ ਲੰਗਰ ਲਾਉਣਾ ਸਾਧ ਸੰਗਤ ਕੋਈ ਔਖਾ ਨਹੀਂ ਹੈ, ਅਮੀਰ ਬੰਦਾ ਲਾ ਦਿੰਦਾ। 2-4 ਪਤੀਲੇ ਦਾਲ ਸਬਜ਼ੀ ਦੇ ਬਣਾ ਕੇ ਲੰਗਰ ਲਾਉਣੇ ਕੋਈ ਔਖੇ ਨਹੀਂ, ਲੰਗਰ ਲਾਇਆ ਜਾ ਸਕਦਾ ਜਿਹਦੇ ਕੋਲ ਪੈਸਾ ਹੋਵੇ। ਪਰ ਸਾਧ ਸੰਗਤ ਲੰਗਰ ਲਾਉਣਾ ਸੇਵਾ ਕਰਨੀ ਔਖੀ ਇਸ ਲਈ ਹੈ, ਲੋਕਾਂ ਦੀ ਨਿੰਦਿਆ ਝੱਲਣੀ ਸਭ ਤੋਂ ਔਖਾ ਕੰਮ ਹੈ। ਇਸੇ ਲਈ ਪਾਤਸ਼ਾਹ ਨੇ ਬਾਣੀ ਅੰਦਰ ਬਚਨ ਕਹੇ, ਸਤਿਗੁਰ ਕੀ ਸੇਵਾ ਗਾਖੜੀ ਸਿਰ ਦੀਜੇ ਆਪ ਗਵਾਏ। ਆਪਣਾ ਆਪ ਗਵਾਉਣਾ ਪੈਂਦਾ, ਸਿਰ ਦੇਣ ਦੇ ਬਰਾਬਰ ਹੈ ਸੇਵਾ ਕਰਨੀ। ਆ ਸੀਸ ਭੇਂਟ ਕਰਨਾ ਪੈਂਦਾ, ਮਨ ਗੁਰੂ ਨੂੰ ਵੇਚਣਾ ਪੈਂਦਾ, ਲੋਕੀ ਜੋ ਕਹਿੰਦੇ ਕਹਿਣ, ਸਾਧੂ ਉਹਦੇ ਵੱਲ ਕਦੇ ਪਰਵਾਹ ਨਹੀਂ ਕਰਦਾ। ਭਾਵੇਂ ਬੁਰਾ ਕਹੋ ਭਾਵੇਂ ਭਲਾ ਕਹੋ, ਹਮ ਤਨ ਦਿਓ ਹੈ ਢਾਰ, ਜਿੱਦਣ ਚਿੱਤ ਵਿੱਚ ਇਹ ਆ ਜਾਏ ਜੋ ਮਰਜ਼ੀ ਕੋਈ ਕਵੇ, ਸੇਵਾ ਦਾ ਰਾਹ ਨਹੀਂ ਛੱਡੇਗਾ। ਸ੍ਰੀ ਗੁਰੂ ਅਮਰਦਾਸ ਮਹਾਰਾਜ ਦੀਆਂ ਦਾ ਜੀਵਨ ਪੜ੍ਹੋ। ਤੁਸੀਂ ਕਥਾ ਸੁਣਦੇ ਰਹਿੰਦੇ ਹੋ, ਸਾਧ ਸੰਗਤ ਖਡੂਰ ਸਾਹਿਬ ਦੀ ਧਰਤੀ ਤੇ 12 ਸਾਲ ਬਾਬਾ ਅਮਰਦਾਸ ਨੇ ਗਾਗਰ ਢੋਈ। 12 ਸਾਲ ਧੰਨ ਬਾਬਾ ਅਮਰਦਾਸ ਜੀ ਝਾੜੂ ਫਿਰਦੇ ਰਹੇ। 12 ਸਾਲ ਧੰਨ ਬਾਬਾ ਅਮਰਦਾਸ ਸਾਹਿਬ ਲੰਗਰ ਵਿੱਚ ਬਰਤਨ ਮਾਂਜਦੇ ਰਹੇ। ਲੋਕਾਂ ਨੇ ਤਾਨੇ ਮਿਣੇ ਮਾਰੇ, ਪਿੱਠ ਪਿੱਛੇ ਵੀ ਕਹਿੰਦੇ ਰਹੇ, ਕਈ ਮੂੰਹ ਤੇ ਵੀ ਕਹਿਣ ਲੱਗ ਪਏ, ਆਹ 2 ਰੋਟੀਆਂ ਦੀ ਖਾਤਰ ਬੁੱਢੇ ਵੇਲੇ ਕੁੜਮਾਂ ਦੇ ਘਰ ਬੈਠੇ। ਤੁਸੀਂ ਪਰਿਵਾਰਾਂ ਵਾਲੇ ਗ੍ਰਸਤੀ ਬੈਠੇ ਹੋ, ਕੁੜਮਾਂ ਦੇ ਘਰ ਆਪਾਂ 1 ਜਾਂ 2 ਰਾਤਾਂ ਵੀ ਨਹੀਂ ਰਹੀਦਾ ਕਦੇ ਜਾ ਕੇ, ਮਜ਼ਬੂਰ ਨੂੰ ਕੋਈ ਰਾਹਤ ਰਹਿਣੀ ਪੈ ਜਾਓ ਵੱਖਰੀ ਗੱਲ ਹੈ, ਨਹੀਂ ਤਾਂ ਲੋਕ ਕੁੜਮਾਂ ਦੇ ਕਹਿੰਦੇ ਲੈ ਮੈਂ ਕੁੜਮਾਂ ਦੇ ਰਵਾਂ ਰਾਤ ਜਾ ਕੇ। ਉਹ ਵੀ ਸਾਧ ਸੰਗਤ, ਜੇ ਮੁੰਡਾ ਕੁੜੀ ਇੱਕ ਦੂਜੇ ਪਾਸੇ ਵਿਆਹੇ ਹੋਏ ਨੇ, ਕੁੜਮਾਂ ਦੇ ਦੱਸੋ ਕੌਣ ਰਹਿੰਦਾ? ਕੁੜਮਾਂ ਦੇ ਘਰ ਕੁੜਮ ਨੂੰ ਰਹਿਣਾ ਲੱਜਾ ਆਉਂਦੀ ਹੈ। ਲੋਕੀ ਕਹਿੰਦੇ ਨੇ 2 ਰੋਟੀਆਂ ਦੀ ਖਾਤਰ ਬੁੱਢੇ ਵੇਲੇ ਬਾਬਾ ਅਮਰਦਾਸ ਕੁੜਮਾਂ ਦੇ ਘਰ ਰਹਿੰਦੇ ਨੇ, ਇਹਦੀ ਔਲਾਦ ਰੋਟੀ ਨਹੀਂ ਦਿੰਦੀ ਹੋਣੀ। ਬਾਬਾ ਅਮਰਦਾਸ 12 ਸਾਲ ਹੋ ਗਏ ਕੁੜਮ ਦਾ ਇਸ਼ਨਾਨ ਕਰਾਉਂਦੇ ਨੇ, ਕੁੜਮ ਦੇ ਘਰ ਵਿੱਚ ਝਾੜੂ ਫੇਰਦੇ ਨੇ, ਪਰ ਧੰਨ ਬਾਬਾ ਅਮਰਦਾਸ ਸਾਹਿਬ ਨੇ ਸੇਵਾ ਨਹੀਂ ਛੱਡੀ। ਸਭ ਕੁਝ ਸੁਣ ਕੇ ਚਿੱਤ ਵਿੱਚ ਕੋਈ ਅਰਦਾਸ ਕੀਤੀ, ਹੇ ਗੁਰੂ ਅੰਗਦ ਦੇ ਮਹਾਰਾਜ, ਮੈਂ ਕੁੜਮ ਜਾਣ ਕੇ ਤੁਹਾਡਾ ਇਸ਼ਨਾਨ ਨਹੀਂ ਕਰਾਉਂਦਾ, ਮੈਂ ਗੁਰੂ ਨਾਨਕ ਸਾਹਿਬ ਜਾਣ ਕੇ ਤੁਹਾਡਾ ਇਸ਼ਨਾਨ ਕਰਾਉਂਦਾ, ਮੈਂ ਕੁੜਮਾਂ ਦੇ ਘਰ ਵਿੱਚ ਝਾੜੂ ਨਹੀਂ ਫੇਰਦਾ, ਮੈਂ ਗੁਰੂ ਨਾਨਕ ਦੇ ਘਰ ਵਿੱਚ ਝਾੜੂ ਫੇਰਨਾ, ਮੈਂ ਗਾਗਰ ਕੁੜਮਾਂ ਦੇ ਘਰ ਵਿੱਚ ਨਹੀਂ ਢੋਂਦਾ, ਮੈਂ ਗਾਗਰ ਸ਼੍ਰੀ ਗੁਰੂ ਨਾਨਕ ਸਾਹਿਬ ਦੇ ਦਰ ਉੱਤੇ ਢੋ ਰਿਹਾ। ਸਾਧ ਸੰਗਤ, ਜਿੱਦਣ ਲੋਕਾਂ ਦੀ ਲਾਜ ਦੀ ਪਰਵਾਹ ਨਹੀਂ ਕੀਤੀ, ਉਦਣ ਬਾਬਾ ਅਮਰਦਾਸ ਸਾਹਿਬ 12 ਸਾਲ ਸੇਵਾ ਪ੍ਰਵਾਨ ਹੋਈ, ਔਰ 12 ਸਾਲਾਂ ਬਾਅਦ ਧੰਨ ਬਾਬੇ ਅਮਰਦਾਸ ਨੂੰ ਸ਼੍ਰੀ ਗੁਰੂ ਅੰਗਦ ਦੇ ਮਹਾਰਾਜ ਨੇ ਕਿਹਾ, ਨਿਮਾਣਿਆਂ ਦੇ ਮਹਾਨ ਗੁਰੂ ਅਮਰਦਾਸ, ਨੇ ਤਾਣਿਆਂ ਦੇ ਤਾਣ ਗੁਰੂ ਅਮਰਦਾਸ, ਨਿਓਟਿਆਂ ਦੀ ਓਟ ਗੁਰੂ ਅਮਰਦਾਸ, ਨੇ ਗੱਤਿਆਂ ਦੀ ਗੱਤ ਗੁਰੂ ਅਮਰਦਾਸ, ਨੇ ਪੱਤਿਆਂ ਦੀ ਪੱਤ, ਨੇ ਧਿਰਿਆਂ ਦੀ ਧਿਰ, ਨੇ ਥਾਵਿਆਂ ਦੇ ਥਾਂ ਗੁਰੂ ਅਮਰਦਾਸ। ਕਿਉਂ ਭਾਈ? 12 ਸਾਲ ਲੋਕਾਂ ਦੇ ਤਾਨੇ ਮਿਣੇ ਸੁਣੇ ਨੇ। ਸਤਿਗੁਰ ਕੀ ਸੇਵਾ ਗਾਖੜੀ ਸਿਰ ਦੀਜੇ ਆਪ ਗਵਾਏ। ਸੇਵਾ ਕਰਨੀ ਔਖੀ ਇਸ ਲਈ ਹੈ, ਲੋਕਾਂ ਦੀਆਂ ਗੱਲਾਂ ਝੱਲਣੀਆਂ ਬਹੁਤ ਔਖੀਆਂ ਨੇ। ਬਾਬੇ ਸੱਤੇ ਬਲਵੰਡ ਜੀ ਨੇ ਜਦੋਂ ਉਸਤਤ ਕੀਤੀ ਨਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ, ਉਦੋਂ ਕਹਿੰਦੇ ਉਹ ਦੁਨੀਆਂ ਦੇ ਲੋਕੋ, 12 ਸਾਲਾਂ ਵਿੱਚ 12 ਵਾਰ ਸਰਦੀਆਂ ਦੀ ਰੁੱਤ ਆਈ ਹੋਏਗੀ, 12 ਸਾਲਾਂ ਵਿੱਚ 12 ਵਾਰ ਬਰਸਾਤ ਦੀਆਂ ਰੁੱਤਾਂ ਆਈਆਂ, ਮੀਂਹ ਹਨੇਰੀ ਝੱਖੜ ਝੁੱਲਦੇ ਰਹੇ, ਪਰ ਬਾਬੇ ਅਮਰਦਾਸ ਨੇ ਗਾਗਰ ਨਾ ਛੱਡੀ। 12 ਸਾਲਾਂ ਵਿੱਚ 12 ਵਾਰ ਗਰਮੀਆਂ ਦੀ ਰੁੱਤ ਆਈ,
ਤਪਸ਼ ਜੇਠ ਹੜ੍ਹ ਦੀਆਂ ਤਪਦੀਆਂ ਧੁੱਪਾਂ ਵਿੱਚ ਸੇਵਾ ਨਾ ਛੱਡੀ, ਪਰ ਤਪਦੀ ਧੁੱਪ ਤੇ ਮੀਂਹ ਝੱਖੜ ਹਨੇਰੀ ਔਰ ਸਰਦ ਦੀ ਰੁੱਤ ਨਾਲੋਂ ਵੀ ਕਠਿਨ ਕੰਮ ਇਹ ਸੀ। ਲੋਕਾਂ ਦੇ ਤਾਨੇ ਮਿਹਣਿਆਂ ਦੀ ਵਿਛਾੜ ਪੈਂਦੀ ਰਹੀ। ਬਾਬੇ ਅਮਰਦਾਸ ਦੀ ਸੁਰਤ ਉੱਤੇ ਲੋਕਾਂ ਦੇ ਮਿਹਣਿਆਂ ਦਾ ਅਸਰ ਨਹੀਂ ਹੋਇਆ। ਸਭ ਤੋਂ ਔਖਾ ਕੰਮ ਲੋਕਾਂ ਦੇ ਮਿਹਣੇ ਚੱਲਣੇ, ਸਭ ਤੋਂ ਔਖਾ ਕੰਮ ਲੋਕਾਂ ਦੀ ਲਾਜ ਛੱਡਣੀ, ਸਭ ਤੋਂ ਔਖਾ ਕੰਮ ਲੋਕਾਂ ਦੀ ਨਿੰਦਿਆ ਸੁਣ ਕੇ ਵੀ ਸੇਵਾ ਕਰਨੀ। ਇਹਨੂੰ ਕਿਹਾ ਸਤਿਗੁਰ ਕੀ ਸੇਵਾ ਗਾਖਣੀ, ਸਿਰ ਦੀਜੈ ਆਪ ਗਵਾਏ। ਬਾਬੇ ਸੱਤੇ ਬਲਵੰਡ ਨੇ ਬਚਨ ਕਿਹਾ, ਚੱਖੜ ਵਾਓ ਨਾ ਡੋਲਈ ਪਰਵਤ ਮੇਰਾਨ। ਹੇ ਗੁਰੂ ਅਮਰਦਾਸ, ਲੋਕਾਂ ਦੇ ਤਾਨੇ ਮਿਹਣਿਆਂ ਦੇ ਚੱਖੜ ਝੁੱਲਦੇ ਰਹੇ, ਪਰ ਤੁਸੀਂ ਸੁਮੇਰ ਪਰਬਤ ਦੀ ਤਰ੍ਹਾਂ ਅਡੋਲ ਖੜੇ ਰਹੇ। ਤੁਹਾਡੇ ਉੱਤੇ ਭੋਰਾ ਅਸਰ ਨਹੀਂ ਹੋਇਆ ਇਸ ਗੱਲ ਦਾ। ਇਹ ਕਦੇ ਇਤਿਹਾਸ ਵਿੱਚੋਂ ਬਾਜ ਕੇ ਵੇਖਿਓ, ਖਡੂਰ ਸਾਹਿਬ ਦੇ ਅੰਦਰ ਇੱਕ ਕੱਪੜਾ ਬੁਣਨ ਵਾਲੇ ਦੇ ਘਰ ਵਾਲੀ ਦੀ ਜ਼ਬਾਨ ਉੱਤੇ ਵੀ ਇਹ ਸ਼ਬਦ ਹੈ ਕਿ ਜੇ ਅਮਰੂ ਬੇਨਵਾ ਹੋਗਾ, ਸਦਾ ਹੈ ਘੁੰਮਤਾ ਫਿਰਤਾ, ਨਾ ਕਬਹੂ ਚੈਨ ਧਰਤਾ ਹੈ, ਬੇਗਾਰਾ ਹੋ ਤੋ ਐਸਾ ਹੋ। ਇੱਕ ਕੱਪੜੇ ਬੁਣਨ ਵਾਲੇ ਦੇ ਘਰ ਵਾਲੀ ਜੇ ਇਹ ਗੱਲ ਕਹਿ ਸਕਦੀ ਹੈ ਕਿ ਜੇ ਅਮਰੂ ਨਿਥਾਵਾਂ ਹੈ, ਜਿਹੜਾ ਕੁੜਮਾਂ ਦੇ ਘਰ ਦੋ ਰੋਟੀਆਂ ਲਈ ਗਾਗਰ ਢਾਉਂਦਾ, ਇਹਦਾ ਮਤਲਬ ਪੂਰੇ ਖਡੂਰ ਸਾਹਿਬ ਦੇ ਅੰਦਰ ਕਿੰਨੀ ਨਿੰਦਿਆ ਹੋ ਰਹੀ ਹੋਵੇ।